ਪਹਿਲਾਂ ਆਪਾਂ ਬਿਮਾਰੀ ਨੂੰ ਰੋਕੀਏ, ਫਿਰ ਬਿਮਾਰੀ ਕਿਹਨੇ ਦਿੱਤੀ ਉਹਦਾ ਇਲਾਜ ਕਰ ਲਾਂ। ਸਰ ਟੈਕਨੀਕਲੀ ਮੈਂ ਇੱਕ ਕਲੀਅਰ ਕਰ ਦਿਆਂ, ਇਹਦੇ ਵਿੱਚ ਹੋਵੇ ਜੀ ਜਿੱਦਾਂ ਮੰਨ ਲਓ ਉੱਥੇ ਮੇਲੇ 'ਤੇ ਜਾਂਦੇ ਹਾਂ, ਥੋੜ੍ਹਾ ਥੋੜ੍ਹਾ ਵੀ ਹੁੰਦਾ, ਬਾਅਦ 'ਚ ਸਾਨੂੰ ਪ੍ਰਾਈਵੇਟ ਦੁਕਾਨਾਂ ਤੋਂ ਲੈਣਾ ਪੈਂਦਾ, ਉਹ ਲੁੱਟ ਕਰਦੇ ਹਰ ਜਿਵੇਂ ਘਰ ਦੀ ਸਪਰੇਹਾਂ ਲਾਭ ਹੁੰਦੀ ਹੈ ਜੀ। ਇਹ ਸਾਨੂੰ ਮੰਨ ਲਓ ਗੁਜਰਾਤ ਵਾਲਾ ਟਾਈਮ ਪਹਿਲਾਂ ਸੀ ਜੀ, ਸਪਰੇ ਸਾਨੂੰ ਕੀ ਜਾਣਾ ਬੋਲੋ ਜੀ, ਸਾਨੂੰ ਉਹੀ ਰੇਹ ਸਪਰੇ ਯੂਨੀਵਰਸਿਟੀ ਦੇਵੇ ਨਾ ਤਾਂ ਸਾਡੀ ਲੁੱਟ ਬੱਚੇ ਨਾਲ, ਤੇ ਸਾਨੂੰ ਬੀਜ ਤਾਂ ਸ਼ੁੱਧ ਮਿਲੂ ਜੀ, ਸਪਰੇਅ ਵੀ ਸ਼ੁੱਧ ਮਿਲੂ। ਬਿਲਕੁਲ ਆਪਾਂ ਨਹੀਂ ਸਰ ਤੁਸੀਂ ਇੱਥੋਂ ਕੀ ਬਿੱਲ ਬਕਾਇਦਾ ਸਾਡੇ ਕੋਲੇ ਹੋ ਗਿਆ, ਪਰ ਤੈਨੂੰ ਪਤਾ ਹੀ ਹੈ ਮੇਰੇ ਕੋਲ ਮਹਿਕਮਾ ਰਿਹਾ 2005 ਚ, ਮੈਂ ਬੀਟੀ ਕੋਰਟ ਲੈ ਕੇ ਆਇਆ ਸੀ ਉਦੋਂ, ਬਥੇਰੇ ਮੈਂ ਪੜ੍ਹ ਕੇ ਬਿਠਣੇ ਵਾਲੇ ਸਬਜੈਕਟ ਬੀਜੇਪੀ ਅੰਕਲ ਜੀ ਦੋ ਵਾਰੀ ਹੈ, ਇੱਕ ਵਾਰੀ ਦੀ ਆਪਣਾ 2019 ਦੇ ਵਿੱਚ ਬਾਰਿਸ਼ ਦੇ ਵਿੱਚ ਆ ਕੇ ਮੇਰਾ ਸਾਰਾ ਨਰਮਾ ਖਤਮ ਹੋ ਗਿਆ ਸੀ, ਮੈਂ ਬਾਅਦ ਆਈ ਬਕਾਇਦਾ ਮੁੜ ਕੇ ਮੈਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਜੀ, ਕੋਈ ਕੁਛ ਨਹੀਂ। ਇਹ ਠੀਕ ਹੈ ਸਰ, ਇਹ ਤਾਂ ਮੀਂਹ 'ਚ ਕਰਕੇ ਥੋੜ੍ਹਾ ਜਿਹਾ ਹੋਰ ਜਿਹਾ ਹੋ ਗਿਆ, ਇਹ ਪਹਿਲੇ ਰਾਊਂਡ ਦੇ ਵਿੱਚ ਨਹੀਂ ਸੀ ਬਕਾਇਦਾ। ਮੈਂ ਇਹਦੀ ਲਿਖ ਕੇ ਮੰਨ ਲਓ ਵੀ ਡੀ ਸਾਹਿਬ ਨੂੰ ਵੀ ਦੇਖ ਕੇ ਆਇਆ ਸੀ, ਬਕਾਇਦਾ ਵੀਡੀਓ ਬਣਾ ਕੇ ਵੀ ਦੇਖ ਕੇ ਆਇਆ ਸੀ। ਇਹਦੀ ਹਾਈਟ ਘੱਟ ਹੈ, ਫਲ ਤਾਂ ਉਹਦੇ ਕਰਕੇ ਨੁਕਸਾਨ ਹੋ ਗਿਆ ਹੋਣਾ, ਹਾਈਟ ਉਹਦੀ ਬਿਲਕੁਲ ਨਹੀਂ ਹੈ ਜੀ, ਬਿਮਾਰੀ ਹੈ ਜੀ। ਆ ਚਿੱਟਾ ਮੱਛਰ ਵੀ ਆ ਦੇਖੋ ਇੱਦਾਂ ਉੱਡਿਆ ਫਿਰਦੇ, ਸੁੰਡੀ ਵੀ ਹੈ, ਹਾਂਜੀ ਹਾਂਜੀ। ਫੋਟੋ ਕਰਾ ਲਈਏ ਕੈਮਰਾਮੈਨ, ਫੋਟੋ ਲੈ ਲਓ। ਕਿਸਾਨਾਂ ਨੇ
ਜਨੀ ਸਾਹਿਬ ਕਿਸਾਨਾਂ ਦਾ ਨੁਕਸਾਨ ਹੋ ਗਿਆ, ਸਰਕਾਰ ਵੱਲੋਂ ਕੀ ਪਲਾਨ ਮਤਲਬ ਕਿ ਐਲਾਨ ਕਰ ਰਹੇ ਹੋ? ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ। हर मुआवजा भी दिता जाएगा, हर भरपाई की जाएगी। पहला टोटल एसी साइड फटाफट भेज रहे हैं ताकि बीमारी है यदा इलाज किया जा सके। पहला इलाज वाल बढ़ा, उस तो बाद अगले अगला करा। ਨਰਮਾ ਸਾਡਾ ਮਰਿਆ ਜੀ, ਸਾਨੂੰ 8000 ਮਾਜਰਾ ਦਿੱਤਾ ਗਿਆ। ਜਿਹੜੇ ਝੋਨੇ ਵਾਲੇ ਬੰਦੇ ਲੈ ਗਏ, ਦੂਲੇ ਪਟਵਾਰੀ ਵਗੈਰਾ ਸਾਰੇ ਸਾਡੇ ਕੋਲ ਨਹੀਂ ਮਿਲਿਆ। ਪਿੱਛੇ ਕਰ ਲੋ ਯਾਰ, ਇਸ ਗੱਲ ਤੇ ਕਾਹ ਤੁਸੀਂ ਪਾਉਂਗੇ? ਜ਼ਮੀਨਦਾਰ ਮਾੜਾ ਮਤਾ ਹਾਲ ਪਹਿਲਾਂ ਸੁਣੀ ਨੇ ਮਾਰੀ ਸੀ, ਫਿਰ ਚਿੱਟੇ ਮੱਛਰ ਨੇ ਮਾਰੀ ਦੀ ਗੱਲ ਸੁਣੋ। ਐਤਕੀ ਇਸ ਨੇ ਮਾਰਤੇ 55000 ਨੂੰ ਬਾਹਰ ਠੇਕੇ ਤੇ ਲੈ ਕੇ 8 ਮਹੀਨੇ ਹੋ ਗਏ, ਘਰੇ ਪੈ ਕੇ ਨਹੀਂ ਦੇਖਿਆ ਜੀ। ਅੱਜ ਜੇ ਚੁਗਣ ਤੇ ਆਇਆ ਸਾਡਾ ਆਹ ਹਾਲ ਹੋ ਗਿਆ। ਤੁਸੀਂ ਜੇ ਮੁਆਵਜ਼ਾ ਦਿਓਗੇ, ਰਾਤ ਚੋਰ ਬੈਠੇ ਆ, ਚੋਰਾਂ ਤੇ ਕਾਬੂ ਪਾਓਗੇ ਤਾਂ ਕਾਮਯਾਬ ਹੋ ਸਕਦਾ ਜ਼ਿਮੀਦਾਰ? ਨਹੀਂ ਹੋ ਸਕਦਾ ਜੀ। ਹਾਂ, ਮੈਂ ਸੱਚੀ ਗੱਲ ਸੁਣਾਉਂਦਾ ਜੀ, ਬਹੁਤ ਅੱਗੇ ਗਿਆ ਜੀ, ਮੇਰਾ ਖੁਦਕੁਸ਼ੀ ਕਰ ਹੋ ਗਈ ਪੈਸਾ ਕਾਸਟ ਕਰਨ ਨੂੰ ਨੱਥ ਪਾ ਦੋਗੇ? ਜਿਹੜਾ ਮਾਰ ਜਾਊ ਜ਼ਿਮੀਦਾਰ ਨੂੰ ਮਿਲਣਾ ਚਾਹੀਦਾ, ਉਹ ਰਾਜ ਚੋਰ ਬੈਠੇ ਆ, ਚੋਰ ਨਾ ਖਾਣ। ਮੈਂ ਸਰਕਾਰ ਦੇ ਸੁਣਨਾ ਮੰਨ ਲੂਗਾ, ਮੈਨੂੰ ਮੰਨੂਗਾ ਵੀ ਬਾਕੀ ਤੁਸੀਂ ਗਰੀਬ ਕਰ ਦੋ। ਮੈਂ ਵੀ ਗਰੀਬ ਕਰਦਾ ਯਾਰ, ਕੀ ਬਾਤ ਹੈ ਯਾਰ, ਬਾਕੀ ਜਿਹੜਾ ਮੁਆਵਜ਼ਾ ਆਏਗਾ ਉਹ ਕਿਸਾਨ ਨੂੰ ਜਾਏਗਾ ਸਿੱਧਾ, ਵਿੱਚ ਵਿਚਾਲੇ ਕੁਛ ਨਹੀਂ ਹੋਣਾ। ਇਹ ਕੋਈ ਪੁਰਾਣੀਆਂ ਸਰਕਾਰਾਂ ਨਹੀਂ ਹੈ, ਠੀਕ ਹੈ, ਇਹ ਇੱਕ ਆਮ ਆਦਮੀ ਲੋਕਾਂ ਲਈ ਸਰਕਾਰ। ਥੋੜਾ ਨੇੜੇ ਕਿਸਾਨ ਵਾਣੀ ਅਸੀਂ ਹਮੇਸ਼ਾ ਇਹਦੇ ਤੋਂ ਨਸ਼ਰ ਕਰਦੇ ਹਾਂ ਪ੍ਰੋਗਰਾਮ ਕਿਸਾਨ ਵਾਣੀ ਦਿੱਤਾ। ਅੰਦਰ ਨਾ ਯਾਰ, ਉੱਥੇ ਖੜੇ ਰਹੋ ਨਾ, ਬੁਲਾਈ ਜਾਂਦੇ ਚੰਨੀ ਸਾਹਿਬ। ਜਿਹੜਾ ਪਿੱਛੇ ਕਿਸਾਨ ਦੀ ਤ੍ਰਾਸਦੀ ਸੀ, ਉਹਨਾਂ ਨੇ ਆਪਦਾ ਰੋਣਾ ਵੀ ਰੋਇਆ, ਹੁੰਦਾ ਕੀ ਰਿਹਾ ਇਸ ਤੋਂ ਪਹਿਲਾਂ ਕਿ ਕਿਸੇ ਨੂੰ 29 ਰੁਪਏ ਦਾ ਚੈੱਕ ਆ ਗਿਆ, ਕਿਸੇ ਨੂੰ 17 ਰੁਪਏ ਦਾ ਚੈੱਕ ਆ ਗਿਆ? ਸਹੀ ਤਰੀਕੇ ਨਾਲ ਗੱਲਬਾਤ ਨਹੀਂ ਹੁੰਦੀ।